ਸਿੰਘ ਵਿਜ਼ਡਮ ਚੈਨਲ 'ਤੇ ਮੈਂ ਵਿੱਦਿਅਕ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸਾਂਝ ਕਰੋ ਜੀ। ਅੱਜ ਅਸੀਂ ਗੱਲ ਕਰਾਂਗੇ ਜੋਰਡਨ ਪੈਟਰਸਨ ਦੀ ਮਸ਼ਹੂਰ ਕਿਤਾਬ 12 ਰੂਲਸ ਆਫ ਲਾਈਫ ਦੇ ਬਾਰੇ। ਇਸ ਕਿਤਾਬ ਵਿੱਚ ਉਹ ਆਪਣੇ ਨਿੱਜੀ ਤਜੁਰਬੇ ਸਾਂਝ ਕਰਦੇ ਹਨ। ਜੋਰਡਨ ਇੱਕ ਕਲੀਨਿਕਲ ਸਾਈਕੋਲੋਜਿਸਟ ਹਨ ਅਤੇ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਪੜ੍ਹਾਉਂਦੇ ਹਨ। ਆਪਣੀ ਇਸ ਕਿਤਾਬ ਵਿੱਚ ਉਹ 12 ਅਸੂਲ ਦਰਸਾਉਂਦੇ ਹਨ। ਪਹਿਲਾ ਅਸੂਲ ਹੈ ਧੌਣ ਸਿੱਧੀ ਰੱਖੋ ਅਤੇ ਮੋਢੇ ਕੱਸ ਕੇ ਰੱਖੇ ਜਾਣ। ਸਾਡੇ ਸਰੀਰਕ ਹਾਵ ਭਾਵ ਸਾਡੀ ਮਾਨਸਿਕਤਾ ਨੂੰ ਦਰਸਾਉਂਦੇ ਹਨ। ਜਿਵੇਂ ਸੋਫੇ 'ਤੇ ਢਿੱਲੇ ਬੈਠਣਾ, ਦਫ਼ਤਰ ਦੀ ਕੁਰਸੀ ਉੱਤੇ ਢੋ ਲਾ ਕੇ ਬੈਠਣਾ ਆਦਿ ਆਦਿ। ਪਰ ਜਿਹੜਾ ਮਨੁੱਖ ਸਰੀਰ ਵੱਲੋਂ ਸਾਵਧਾਨ ਅਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ, ਉਸਦੀ ਸੋਚਣੀ ਵੀ ਫੁਰਤੀਲੀ ਅਤੇ ਚਤੰਨ ਰਹਿੰਦੀ ਹੈ। ਫੌਜੀ ਇਸ ਗੱਲ ਦਾ ਸਪਸ਼ਟ ਉਦਾਹਰਣ ਹਨ। ਦੂਜਾ ਅਸੂਲ ਹੈ ਆਪਣੀ ਜ਼ਿੰਮੇਦਾਰੀਆਂ ਨੂੰ ਆਪ ਮੂਹਰੇ ਹੋ ਕੇ ਸੰਭਾਲੋ। ਆਪਣੇ ਸਰੀਰਕ, ਦਿਮਾਗੀ ਅਤੇ ਅਧਿਆਤਮਕ ਸਿਹਤ ਦੀਆਂ ਲੋੜਾਂ ਸਭ ਤੋਂ ਪਹਿਲਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਦੂਜਿਆਂ ਦੀ ਵੀ ਮਦਦ ਕੀਤੀ ਜਾ ਸਕੇ। ਆਪਣੇ ਪੁਰਾਣੇ ਵੀਡੀਓ ਥਿੰਕਿੰਗ ਫਾਸਟ ਐਂਡ ਸਲੋ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਦੀ ਬਣਤਰ ਬਾਰੇ ਵਿਚਾਰ ਸਾਂਝ ਕਰ ਚੁੱਕੇ ਹਾਂ। ਤੁਸੀਂ ਉਸ ਵੀਡੀਓ ਨੂੰ ਸਿੰਘ ਵਿਜ਼ਡਮ ਚੈਨਲ 'ਤੇ ਫਿਰ ਤੋਂ ਸੁਣ ਸਕਦੇ ਹੋ। ਤੀਜਾ ਅਸੂਲ ਹੈ ਚੰਗੇ ਦੋਸਤ ਬਣਾਏ ਜਾਣ ਜੋ ਤੁਹਾਡੀਆਂ ਖੂਬੀਆਂ ਅਤੇ ਤੁਹਾਡੀਆਂ ਕਮੀਆਂ ਵੱਲ ਤੁਹਾਡਾ ਧਿਆਨ ਦਿਵਾਉਣ। ਜ਼ਿਆਦਾਤਰ ਸਾਡੇ ਦੋਸਤ ਸਕੂਲ ਦੇ ਹਮ ਜਮਾਤੀ ਜਾਂ ਦਫ਼ਤਰ ਵਿੱਚ ਨਾਲ ਕੰਮ ਕਰਨ ਵਾਲੇ ਹੁੰਦੇ ਹਨ, ਪਰ ਹਰ ਕੋਈ ਸੱਚਾ ਸਾਥੀ ਨਹੀਂ ਹੁੰਦਾ। ਇਸ ਲਈ ਚੋਣ ਕਰਕੇ ਚੰਗੇ ਸਾਥੀਆਂ ਦੀ ਸੰਗਤ ਕੀਤੀ ਜਾਵੇ। ਚੌਥਾ ਅਸੂਲ ਹੈ ਆਪਣਾ ਮੁਕਾਬਲਾ ਆਪਣੇ ਆਪ ਨਾਲ ਕਰੋ, ਕਿਸੇ ਹੋਰ ਨਾਲ ਨਹੀਂ। ਕਿਸੇ ਦੀ ਅਮੀਰੀ, ਚੰਗੀ ਸਿਹਤ, ਬਹੁਤਾ ਗਿਆਨ, ਸੁਹੱਪਣ ਵੇਖ ਕੇ ਕਦੇ ਈਰਖਾ ਨਹੀਂ ਕਰਨੀ ਚਾਹੀਦੀ। ਈਰਖਾਲੂ ਮਨੁੱਖ ਦੂਜਿਆਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ, ਜਦਕਿ ਸਾਨੂੰ ਆਪਣੇ ਆਪ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਅਤੇ ਹੌਲੇ ਹੌਲੇ ਆਪਣੇ ਅੰਦਰ ਸੁਧਾਰ ਵੱਲ ਤੁਰਨਾ ਚਾਹੀਦਾ ਹੈ। ਜੇ ਅਸੀਂ ਆਪਣੇ ਆਪ ਦੀ ਦੂਜਿਆਂ ਨਾਲ ਤੁਲਨਾ ਕਰਦੇ ਰਹਾਂਗੇ ਤਾਂ ਅਸੀਂ ਆਪਣੇ ਨਵੇਕਲੇਪਨ ਨੂੰ ਕਦੇ ਨਹੀਂ ਪਛਾਣ ਸਕਾਂਗੇ ਔਰ ਉਦਾਸੀ ਵਿੱਚ ਘਿਰੇ ਰਹਾਂਗੇ। ਪੰਜਵਾਂ ਅਸੂਲ ਹੈ ਕਿ ਆਪਣੇ ਬੱਚਿਆਂ ਨੂੰ ਉਹਨਾਂ ਕੰਮਾਂ ਤੋਂ ਰੋਕਿਆ ਜਾਵੇ ਜੋ ਸਮਾਜ ਵਿੱਚ ਚੰਗੇ ਨਹੀਂ ਮੰਨੇ ਜਾਂਦੇ ਹਨ। ਇਹ ਲਾਜ਼ਮੀ ਹੈ ਜਿਹੜਾ ਕੰਮ ਤੁਸੀਂ ਮਾਪੇ ਹੋ ਕੇ ਪਸੰਦ ਨਹੀਂ ਕਰ ਰਹੇ ਉਸ ਕੰਮ ਨੂੰ ਦੂਜੇ ਵੀ ਪਸੰਦ ਨਹੀਂ ਕਰਨਗੇ ਅਤੇ ਬੱਚਿਆਂ ਲਈ ਸਮਾਜ ਦੀ ਨਾ ਮਨਜ਼ੂਰੀ ਉਹਨਾਂ ਲਈ ਨਿਰਾਸ਼ਾ ਦਾ ਵੱਡਾ ਕਾਰਨ ਬਣ ਸਕਦੀ ਹੈ। ਬੱਚਿਆਂ ਨਾਲ ਚੰਗੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਅਤੇ ਉਹਨਾਂ ਨਾਲ ਸੰਵਾਦ ਦਾ ਰਾਹ ਹਮੇਸ਼ਾ ਖੁੱਲ੍ਹਾ ਰੱਖਿਆ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਹਮੇਸ਼ਾ ਆਜ਼ਾਦ ਮਹਿਸੂਸ ਕਰਨ। ਛੇਵਾਂ ਅਸੂਲ ਹੈ ਕਿ ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਘਰ ਨੂੰ ਸਵਾਰ ਲਿਆ ਜਾਵੇ। ਇਸ ਤੋਂ ਭਾਵ ਇਹ ਨਹੀਂ ਕਿ ਅਸੀਂ ਚੰਗੇ ਸਮੇਂ ਦੀ ਉਡੀਕ ਕਰਦੇ ਰਹੀਏ, ਬਲਕਿ ਅਸੀਂ ਦੂਜਿਆਂ ਦੇ ਹਾਲਾਤਾਂ ਨੂੰ ਸਮਝਣ ਵਿੱਚ ਸੰਵੇਦਨਸ਼ੀਲ ਬਣੀਏ। ਜਿਸ ਕੰਮ ਨੂੰ ਕਰਕੇ ਪਛਤਾਵਾ ਲਾਜ਼ਮੀ ਹੈ ਉਸ ਕੰਮ ਨੂੰ ਖੁਦ ਵੀ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਅਸੀਂ ਆਪਣੇ ਪੁਰਾਣੇ ਵੀਡੀਓ ਪਾਵਰ ਆਫ ਨਾਓ ਦੇ ਵਿੱਚ ਵਰਤਮਾਨ ਦੀ ਤਾਕਤ ਬਾਰੇ ਵਿਚਾਰਾਂ ਦੀ ਸਾਂਝ ਕੀਤੀ ਸੀ। ਤੁਸੀਂ ਸਿੰਘ ਵਿਜ਼ਡਮ ਚੈਨਲ ਉੱਤੇ ਉਸ ਵੀਡੀਓ ਨੂੰ ਫਿਰ ਤੋਂ ਸੁਣ ਸਕਦੇ ਹੋ। ਸੱਤਵਾਂ ਅਸੂਲ ਹੈ ਜੀਵਨ ਨੂੰ ਕਿਸੇ ਵੱਡੇ ਮਨੋਰਥ ਲਈ ਸਮਰਪਿਤ ਕੀਤਾ ਜਾਵੇ। ਦੂਜਿਆਂ ਦੀ ਨਜ਼ਰ ਵਿੱਚ ਚੰਗੇ ਬਣਨ ਨਾਲੋਂ ਸੱਚ ਉੱਤੇ ਪਹਿਰਾ ਦੇਣਾ ਸਿੱਖੀਏ। ਇਸ ਲਈ ਮਨੁੱਖਤਾ ਦੀ ਭਲਾਈ ਦੇ ਨਿਸ਼ਾਨੇ ਮਿੱਥੇ ਜਾਣ ਅਤੇ ਉਸ ਲਈ ਜੀਵਨ ਸਮਰਪਿਤ ਕੀਤਾ ਜਾਵੇ। ਅੱਠਵਾਂ ਅਸੂਲ ਹੈ ਹਮੇਸ਼ਾ ਸੱਚ ਬੋਲਿਆ ਜਾਵੇ ਅਤੇ ਝੂਠ ਦਾ ਪੱਲਾ ਕਦੇ ਵੀ ਨਾ ਫੜੀਏ। ਇੱਕ ਝੂਠ ਨੂੰ ਬਚਾਉਣ ਲਈ ਕਈ ਝੂਠ ਬੋਲਣੇ ਪੈਂਦੇ ਹਨ। ਇਸ ਨਾਲ ਮਨੁੱਖ ਦਾ ਕਿਰਦਾਰ ਫਿੱਕਾ ਹੋ ਜਾਂਦਾ ਹੈ। ਝੂਠ ਦਾ ਜੀਵਨ ਰੌਣਕ ਭਰਿਆ ਤਾਂ ਹੋ ਸਕਦਾ ਹੈ ਪਰ ਸਦੀਵੀ ਨਹੀਂ ਹੁੰਦਾ। ਨੌਵਾਂ ਅਸੂਲ ਹੈ ਦੂਜਿਆਂ ਤੋਂ ਸਿੱਖਣ ਦਾ ਜਜ਼ਬਾ ਰੱਖਿਆ ਜਾਵੇ। ਅਸੀਂ ਹਰ ਮਨੁੱਖ ਤੋਂ ਕੁਝ ਨਾ ਕੁਝ ਸਿੱਖ ਸਕਦੇ ਹਾਂ। ਕੋਈ ਵੀ ਮਨੁੱਖ ਸਾਰੇ ਗਿਆਨ ਦਾ ਦਾਅਵਾ ਨਹੀਂ ਕਰ ਸਕਦਾ। ਅਸੀਂ ਇੱਕ ਖਿੜੇ ਹੋਏ ਫੁੱਲ ਤੋਂ ਵੀ ਸਿੱਖਿਆ ਲੈ ਸਕਦੇ ਹਾਂ ਅਤੇ ਇੱਕ ਛੋਟੇ ਬੱਚੇ ਤੋਂ ਵੀ ਸਾਨੂੰ ਖੇੜੇ ਦਾ ਸੁਨੇਹਾ ਮਿਲ ਸਕਦਾ ਹੈ। ਸਿੱਖਣ ਦਾ ਜਜ਼ਬਾ ਸਾਨੂੰ ਨਰੋਇਆ ਰੱਖਦਾ ਹੈ। ਦਸਵਾਂ ਅਸੂਲ ਆਪਣੇ ਵਿਚਾਰਾਂ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਪੇਸ਼ ਕੀਤਾ ਜਾਵੇ। ਜੇ ਤੁਸੀਂ ਸਾਰੀ ਰਾਤ ਬਿਮਾਰੀ, ਦਰਦ ਅਤੇ ਉਨਿੰਦਰੇ ਦੀ ਹਾਲਤ ਵਿੱਚ ਕੱਟੀ ਹੋਵੇ ਪਰ ਵੈਦ ਕੁਝ ਅੱਖਰਾਂ ਨਾਲ ਹੀ ਸਾਡੇ ਮਰਜ਼ ਨੂੰ ਪਛਾਣ ਲੈਂਦਾ ਹੈ ਅਤੇ ਦਵਾਈ ਦੇ ਦਿੰਦਾ ਹੈ। ਯਾਰਵਾਂ ਅਸੂਲ ਹੈ ਆਪਣੇ ਬੱਚਿਆਂ ਨੂੰ ਜੋਖਮ ਦੇ ਕੰਮਾਂ ਤੋਂ ਹਰ ਵੇਲੇ ਟੋਕਿਆ ਨਾ ਜਾਵੇ। ਜੇ ਮਾਪੇ ਆਪਣੇ ਬੱਚਿਆਂ ਨੂੰ ਖਾਣ ਤੋਂ, ਖੇਡਣ ਤੋਂ, ਕੱਪੜਿਆਂ ਤੋਂ, ਮਿੱਤਰਾਂ ਤੋਂ ਟੋਕਦੇ ਰਹਿਣਗੇ
ਤੇ ਸਾਡਾ ਆਪਣੇ ਬੱਚਿਆਂ ਦੇ ਨਾਲ ਵਿਥ ਪੈਣ ਦਾ ਖਤਰਾ ਹੈ। ਪਰ ਜੇ ਦੋਸਤੀ ਦਾ ਰਾਹ ਖੁੱਲ੍ਹਾ ਰੱਖਣਾ ਹੈ ਤਾਂ ਫਿਰ ਉਹਨਾਂ ਨਾਲ ਸਾਂਝ ਪਾਈ ਜਾਵੇ। ਖੇਡਾਂ ਖੇਡਣ ਸਮੇਂ ਬੱਚੇ ਆਪਣੀ ਸਰੀਰਕ ਜੋਖਮ ਅਤੇ ਮਾਨਸਿਕਤਾ ਦੀਆਂ ਹੱਦਾਂ ਪਛਾਣ ਰਹੇ ਹੁੰਦੇ ਹਨ। ਜੇ ਅਸੀਂ ਬੱਚਿਆਂ ਨੂੰ ਰੋਕਦੇ ਰਹਾਂਗੇ ਤਾਂ ਉਹ ਚੰਗੇ ਖਿਡਾਰੀ ਕਦੀ ਵੀ ਨਹੀਂ ਬਣ ਸਕਣਗੇ। ਅਤੇ 12ਵਾਂ ਅਸੂਲ ਹੈ ਇਨਸਾਨੀਅਤ ਭਰਪੂਰ ਕੰਮ ਕੀਤੇ ਜਾਣ, ਜਿਵੇਂ ਕਿਸੇ ਜਾਨਵਰ ਨੂੰ ਪਾਲਣਾ। ਅੱਜ ਕੱਲ੍ਹ ਦੇ ਤਣਾਅ ਭਰੇ ਜੀਵਨ ਵਿੱਚ ਕੁਦਰਤ ਦੇ ਨਾਲ ਸਾਂਝ ਸਾਡੇ ਤਣਾਅ ਨੂੰ ਘਟਾਉਂਦੀ ਹੈ। ਕੁਦਰਤ ਦੇ ਨਾਲ ਨੇੜਤਾ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਯਾਦ ਰੱਖੋ, ਆਪਣੇ ਵਿਚਾਰਾਂ ਨੂੰ ਕਾਗਜ਼ 'ਤੇ ਲਿਖਣ ਨਾਲ ਉਹ ਸਾਡੇ ਚੇਤੇ ਵਿੱਚ ਰਹਿੰਦੇ ਹਨ। ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹਿਣਾ ਅਤ ਜ਼ਰੂਰੀ ਹੈ ਅਤੇ ਜੀਵਨ ਵਿੱਚ ਹਰ ਦਿਨ ਕੁਝ ਨਾ ਕੁਝ ਸਿੱਖਣ ਲਈ ਮਿਲਿਆ ਹੈ। ਮੇਰਾ ਨਾਮ ਸਤਿੰਦਰ ਸਿੰਘ ਹੈ ਅਤੇ ਮੈਂ ਸਿੰਘ ਵਿਜ਼ਡਮ ਚੈਨਲ 'ਤੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਲਈ ਵਿੱਦਿਅਕ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਵਿੱਚ ਬਣਾ ਕੇ ਸਾਂਝ ਕਰਦਾ ਹਾਂ। ਜੇ ਤੁਸੀਂ ਮੈਨੂੰ ਇਹਨਾਂ ਵੀਡੀਓਜ਼ ਦੇ ਲਈ ਕੋਈ ਸਲਾਹ ਜਾਂ ਮਸ਼ਵਰਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜਾਂ ਵੀਡੀਓ ਦੇ ਲਈ ਟਿੱਪਣੀ ਦੇ ਸਕਦੇ ਹੋ। ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਵੀਡੀਓਜ਼ ਪਸੰਦ ਆ ਰਹੇ ਹੋਣਗੇ ਅਤੇ ਅੱਗੇ ਆਉਣ ਵਾਲੀ ਲੜੀ ਨੂੰ ਆਪ ਜੀ ਇਸੇ ਤਰੀਕੇ ਨਾਲ ਪਸੰਦ ਕਰਦੇ ਰਹੋਗੇ। ਸਤਿ ਸ਼੍ਰੀ ਅਕਾਲ।